ਕੇ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਜਿਹੜਾ ਬੜੇ ਸਾਰੇ ਭਾਰਤ 'ਚ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਡੇਰਾ ਬਾਬਾ ਨਾਨਕ ਵੀ ਹਰ ਸਾਲ ਦੀ ਤਰ੍ਹਾਂ ਜਿਹੜਾ ਦੁਸਹਿਰਾ ਜਿਹੜਾ ਮਨਾਇਆ ਜਾਂਦਾ ਇੱਥੋਂ ਇੱਕ ਉਪਦੇਸ਼ ਮਿਲਦਾ ਕਿ ਆਪਾਂ ਸਮਾਜ 'ਚ ਰਹਿ ਕੇ ਬੁਰਾਈ ਨਹੀਂ ਕਰਨੀ ਨੇਕੀ ਦਾ ਕੰਮ ਕਰਨਾ ਬੁਰਾਈਆਂ ਤੋਂ ਦੂਰ ਰਹਿਣਾ ਅਤੇ ਚੰਗਿਆਈਆਂ ਦੇ ਨਾਲ ਸਾਥ ਦੇਣਾ ਇਹੀ ਇੱਕ ਸੁਨੇਹਾ ਜਿਹੜਾ ਵਾ ਸਾਰੇ ਉੱਤੇ ਨੇਕੀ ਦਾ ਪ੍ਰਤੀਕ ਦੁਸਹਿਰਾ ਜਿਹੜੀ ਬਦੀ ਅਤੇ ਨੇਕੀ ਦੀ ਜਿੱਤ ਹੋਈ ਆ ਉਹਦੇ ਸੰਬੰਧ 'ਚ ਜਿਹੜਾ ਡੇਰਾ ਬਾਬਾ ਨਾਨਕ ਦੀ ਸੰਗਤ ਅੱਜ ਦੁਸਹਿਰਾ ਮਨਾ ਰਹੀ ਹੈ ਬੜਾ ਉਤਸ਼ਾਹ ਵਾ ਲੋਕਾਂ 'ਚ ਇਸ ਦਿਨ ਤਿਉਹਾਰ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਬਾਬਾ ਨਾਨਕ 'ਚ ਬੜਾ ਉਤਸ਼ਾਹ ਵਜੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਮੈਂ ਸਾਰੇ ਭਾਰਤ ਵਾਸੀਆਂ ਨੂੰ ਇਸ ਦਿਨ ਦੀ ਵਧਾਈ ਵੀ ਦਿੰਦਾ ਤਾਂ ਇੱਕ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਇਹਦੇ 'ਚ ਇਹ ਕਿ ਆਪਣੇ ਅੰਦਰੋਂ ਇੱਕ ਫੈਸਲਾ ਕਰਕੇ ਜਾਓ ਕਿ ਆਪਾਂ ਬਦੀ ਨਹੀਂ ਕਰਨੀ ਨੇਕੀ ਕਰਨੀ ਹੈ ਕਿਸੇ ਨਾਲ ਜੇ ਸੱਚੇ ਦਿਲੋਂ ਆਏ ਹਾਂ ਦਿਨ ਮਨਾਉਣ ਤਾਂ ਇਹ ਪ੍ਰਣ ਕਰਕੇ ਜਾਈਏ ਕਿ ਬੁਰਾਈ ਨੂੰ ਖਤਮ ਕਰਨਾ ਤਾਂ ਸੱਚਾਈ ਨੂੰ ਅੱਗੇ ਲੈ ਕੇ ਆਉਣਾ।